वाहिगुरु जी का खालसा, वाहिगुरु जी की फतेह। लो जी, चलो आपां तुहानूं बाहरला मौसम दिखा के लेके आने आ। इत्थे हुण घट काम हो गया तां करके दोनों गड्डियां अंदर लाउण लग गए। पहलां बाहर खड़दी हुंदी सीगी इक, जद मशीन सीगी। इत्थे ही करदे बीबी धनिया? ठीक है जी। लो बीबी गार्डन दी सैर कर रहे ने सवेरे सवेरे। पानी दा प्रेशर ते ज्यादा ता पानी तो सारा गिर गया। मैं देखा हूं खराब भी हो गया। अच्छा, बीबी कहे मैं पानी देन लगी, कहे सारा ही धनिया डिग गया, कहे हुण मैं चेक करन आई हां भी खड़ा हो गया कि नहीं। सारा खड़ा है, देख ले। हां आ देखो, पत्ते निकल लग गए। किन्ना होया? आ हो गया। मासी ने छोले किथे बीजे ने? वो तो आ ते इधर। लो जी, ओ धनिया ते मेथे देखो किन्ना सोहना खड़ा अपना। मेथे देखो किड्डे किड्डे हो गए, इथों तोड़ लैने हुन्ने आ, फिर साग सूग च भी पा लैने, ऊं भी रोटियां वगैरह बना लैने आ। आ धनिया ऊं ताजा ताजा सब्जी दे विच पाउण दे काम आ जांदा। इत्थे मासी ने छोले बीजते, ओ बीबी दे आलू बीजे हुए ने। फिर तुसीं कह रहे ने ओ मासी ने करता, ओ बीबी ने करता, कह रहे तू ही कुछ कर लिया कर। है बीबी? फिर मैनूं ऐ कहणगे? हाँ, इत्थे मासी ने इन्नी की जगह दे विच छोले बीजते, ते हले ये बीजे ही नेगे। मैनूं लगदा 2-4 दिन लग जाणगे इन्हां निकलण। हाँ, बीबी ठंड जी, ठंड हो गई। पहला बीजने सी थोड़े जिहे, है जिहड़े छोले हुंदे ने जी, इन्हां नूं बस केरा ही पानी लगदा, फिर पानी नहीं लगदा हैगा इन्हां नूं। ਖੇਤਾਂ ਸਾਰੀ ਚੀਜ਼ ਦਾ ਪਤਾ ਹੁੰਦਾ ਸੀਗਾ ਵੀ ਹੁਣ ਕੀ ਬੀਜੂਗਾ ਕੀ ਨਹੀਂ ਬੀਜੂਗਾ, ਹੈ ਨਾ। ਹਾਂ, ਤੇ ਇਧਰ ਵੀ ਹੁਣ ਵੀ ਇੱਥੇ ਵੀ ਕਿਹਾ ਸੀ ਮੈਂ ਤਾਂ। ਬਜਰੀ ਬੁਜਰੀ ਜੀ ਇਥੋਂ ਚੁਕਾ ਕੇ ਫਿਰ ਇਥੋਂ ਸਾਰਾ ਸਾਫ਼ ਹੋ ਜੂਗਾ। ਫਿਰ ਜਦੋਂ ਪੱਥਰ ਲਾਵਾਂਗੇ ਤਾਂ ਦੇਖੀ ਜਾਊਗੀ। ਚਲੋ ਜੀ, ਹੁਣ ਆਪਾਂ ਅੰਦਰ ਚੱਲੀਏ, ਹੁਣ ਆਪਾਂ ਬਣਾਈਏ ਆਪਦੀ ਹਾਜ਼ਰੀ, ਫਿਰ ਦੁਪਹਿਰਾ ਆਥਣ ਦੀ ਤਿਆਰੀ ਕਰੀਏ। ਲਓ ਜੀ, ਮਾਸੀ ਜੀ ਅਖਬਾਰ ਪੜ੍ਹ ਰਹੇ ਨੇ। ਚਲੋ ਆਪਾਂ ਕਿਚਨ ਚ ਨੂੰ ਚੱਲਦੇ ਹਾਂ। ਅਤੇ ਅੱਜ ਆਪਾਂ ਬਣਾਵਾਂਗੇ ਮੇਥੇ ਵਾਲੀਆਂ ਰੋਟੀਆਂ ਮੱਕੀ ਦੀਆਂ, ਵਿੱਚ ਪਾਵਾਂਗੇ ਮੂਲੀ। ਅਰੇ ਬੀਬੀ ਨੇ ਗਰਮ ਪਾਣੀ ਧਰ ਲਿਆ ਅਤੇ ਆ ਮੂਲੀ ਲੈ ਲਈ ਆਪਾਂ ਨੇ। ਇਹ ਮੂਲੀ ਦਾ ਪਾਣੀ ਨਾ ਆਪਾਂ ਨੇ ਨਿਚੋੜਨਾ ਨਹੀਂ ਹੈਗਾ, ਐਂ ਵਿੱਚ ਪਾ ਲਾਂਗੇ। ਫਿਰ ਇਹਨਾਂ ਰੋਟੀਆਂ ਨੇ ਜਿਹੜੀਆਂ ਉਹ ਪੋਲੀਆਂ ਹੋ ਜਾਂਦੀਆਂ ਨੇ, ਨੀਰੀ ਮੱਕੀ ਦੀਆਂ ਦੇ ਵਿੱਚ ਹੀ ਬਣਾਵਾਂਗੇ। ਇਹਦੇ ਵਿੱਚ ਆਪਾਂ ਨੇ ਹਰੀ ਮਿਰਚ, ਲੂਣ, ਮੇਥੇ ਪੀਸ ਲਏ ਅਤੇ ਆਹ ਆਪਾਂ ਨੇ ਥੋੜ੍ਹਾ ਜਿਹਾ ਮਸਾਲਾ ਬਣਾ ਕੇ ਰੱਖਿਆ ਹੋਇਆ ਸੀਗਾ ਗਰਮ ਮਸਾਲਾ। ਇਹਦੇ ਵਿੱਚ ਲੌਂਗ, ਵੱਡੀ ਇਲਾਇਚੀ, ਜੀਰਾ, ਕਲੌਂਜੀ, ਮੇਥੇ ਸਭ ਕੁਛ ਪਾ ਕੇ ਇਹ ਬਣਾ ਕੇ ਰੱਖਿਆ ਹੋਇਆ ਸੀ। ਇਹਦੇ ਵਿੱਚ ਆਪਾਂ ਅੱਧਾ ਕੁ ਚਮਚਾ ਪਾ ਲਾਂਗੇ ਇਹ। ਹਾਂ, ਤੇ ਇੱਕ ਆਹ ਮਸਾਲਾ ਪਿਆ ਦੇਖੋ, ਇਹ ਮੱਕੀ ਦੇ ਆਟੇ ਦੇ ਨਾਲ ਮਿਲਿਆ ਸੀਗਾ ਮਸਾਲਾ ਵੀ। ਰੋਟੀ ਇਹਦੇ ਵਿੱਚ ਲੂਣ ਮਿਰਚ ਵੀ ਪਾਇਆ ਹੋਇਆ ਤੇ ਹੋਰ ਮਸਾਲੇ ਵੀ ਪਾਏ ਹੋਏ ਨੇ, ਬਹੁਤ ਜ਼ਿਆਦਾ ਧਨੀਆ ਧੁਨੀਆ ਸਾਰਾ ਕੁਛ ਪਾਇਆ। ਹਾਂ, ਬਹੁਤ ਟੇਸਟੀ ਬਣਦਾ ਇਹਦੇ ਨਾਲ। ਤੇ ਇਹ ਵੀ ਆਪਾਂ ਥੋੜ੍ਹਾ ਜਿਹਾ ਵਿੱਚ ਪਾਵਾਂਗੇ। ਅਤੇ ਅੱਜ ਆਪਾਂ ਮੱਖਣ, ਦਹੀਂ, ਲੱਸੀ ਦੇ ਨਾਲ ਮੱਕੀ ਦੀਆਂ ਰੋਟੀਆਂ ਮੇਥੇ ਵਾਲੀਆਂ ਬਣਾਵਾਂਗੇ। ਲਓ ਜੀ, ਆਹ ਉਹ ਮਸਾਲਾ ਜਿਹੜਾ ਮੱਕੀ ਦੇ ਆਟੇ ਦੇ ਨਾਲ ਮਿਲਿਆ ਸੀ ਸਪੈਸ਼ਲ ਸਾਨੂੰ। ਹਾਂ ਦੇਖੋ, ਇਹਦੇ ਵਿੱਚ ਸਭ ਕੁਛ ਪਾਇਆ ਹੋਇਆ। ਹਾਂ, ਜੀਰਾ, ਧਨੀਆ, ਹੋਰ ਲੂਣ ਮਿਰਚਾਂ, ਹੋਰ ਕੀ ਕੁਛ ਹੋਊਗਾ। ਹਾਂ, ਤੇ ਇਹਦੇ ਵਿੱਚ ਪਾ ਕੇ ਉਹ ਰਿਝਦੇ ਰਿਝਦੇ ਪਾਣੀ ਦੇ ਨਾਲ ਆਪਾਂ ਆਟਾ ਗੁੰਨ ਲਾਂਗੇ ਵਿੱਚ ਹੀ ਆ ਮੇਥੇ ਅਤੇ ਆਹ ਪਾ ਦਾਂਗੇ। ਬਸ ਮਲ ਮਲ ਕੇ ਨਾਲ ਹੁੰਦੇ ਪਾਈ ਜਾਵਾਂਗੇ ਇਹਦੇ ਵਿੱਚ। ਬਹੁਤ ਹੈ? ਨਾ ਨਾ, ਬਹੁਤ ਆ ਬੀਬੀ। ਹਾਂ, ਲਓ ਜੀ, ਇੱਧਰ ਆਪਾਂ ਨੇ ਦਹੀਂ, ਮੱਖਣੀ, ਲੱਸੀ ਪਾ ਲਈ ਅਤੇ ਹੁਣ ਆਪਾਂ ਹਰੀ ਹਰੀ ਰੋਟੀ, ਗ੍ਰੀਨ ਰੋਟੀ ਕਹਿ ਦਿੰਦੇ ਨੇ ਅੱਜ ਕੱਲ੍ਹ ਤਾਂ ਨਿਆਣੇ, ਕਹਿ ਦਿੰਦੇ ਨੇ ਗ੍ਰੀਨ ਖਾਵਾਂਗੇ ਅਸੀਂ ਤਾਂ। ਮੱਕੀ ਦੀਆਂ ਰੋਟੀਆਂ ਮੇਥੇ ਵਾਲੀਆਂ ਮੂਲੀ ਵਿੱਚ ਪਾ ਕੇ ਛਕਦੇ ਹਾਂ। ਤੁਹਾਡੀਆਂ ਵੀ ਲਾਲਾਂ ਸਟਾਉਂਦੇ ਆ ਭੈਣਾਂ ਜਿਹੜੀਆਂ ਬਹੁਤ ਪਿਆਰ ਕਰਦੀਆਂ ਨੇ ਗੀਆਂ, ਕਹਿ ਦਿੰਦੀਆਂ ਨੇ ਰਾਜ ਤੂੰ ਤਾਂ ਸਾਨੂੰ ਵੀ ਜੀ ਕਰਨ ਲਾ ਦਿੰਦੀ ਆ ਬੀਬੀ ਦੇ ਹੱਥ ਦੀਆਂ ਰੋਟੀਆਂ ਖਵਾ ਕੇ। ਲਓ, ਆਟਾ ਬਹੁਤ ਹੋਣਾ ਬੀਬੀ। ਹਾਂ, ਫਿਰ ਬਚੀ ਰਹਿੰਦੀ ਹੈ ਦੁਪਹਿਰੇ, ਤਾਂ ਫਿਰ ਖਾਣੀ ਨਹੀਂ ਕਿਸੇ ਨੇ। ਲਓ ਜੀ, ਆਟਾ ਆਪਾਂ ਨੇ ਮਲ ਲਿਆ, ਹੁਣ ਮੈਂ ਇੱਧਰ ਪਾਈ ਲੈਂਦੀ ਹਾਂ ਰੋਟੀਆਂ, ਇੱਧਰ ਬੀਬੀ ਰਾਲ ਦੇਣਗੇ, ਖਾਣ ਵਾਲੇ ਫਟਾਫਟ ਗਰਮ ਗਰਮ ਖਾ ਲੈਣਗੇ।
ਰੜੀਆਂ ਇਹ ਠੰਡੀਆਂ ਹੀ ਨਹੀਂ ਵਧੀਆ ਲੱਗਦੀਆਂ ਹੈਗੀਆਂ, ਇਹ ਤਾਂ ਗਰਮ ਗਰਮ ਹੀ ਵਧੀਆ ਲੱਗਦੀਆਂ। ਨੀਵੀ ਮੱਕੀ ਵੀ ਤਾਂ ਬਹੁਤ ਘੱਟ ਉਹਨਾਂ ਤੋਂ ਬਣਦੀ ਆ, ਤਿੜਕੇ ਆਉਂਦੀ ਆ ਨਾ, ਟੁੱਟੇ ਆਉਂਦੀ ਆ। ਲੋਜੀਆਂ ਬਣਾ ਲਈਆਂ, ਬਸ ਐਂ ਅਸੀਂ ਸਾਰੀਆਂ ਬਣਾ ਲੈਣੀਆਂ ਨੇ ਰੋਟੀਆਂ, ਫਿਰ ਗਰਮ ਗਰਮ ਚੱਕ ਲੈਣੀਆਂ ਨੇ। ਹੁਣ ਕੇਰਾ ਤਾਂ ਪਲੇਟ ਸਜਾ ਕੇ ਦਿਖਾਵਾਂਗੇ, ਥੋੜ੍ਹਾ ਜੀ ਕਰਨ ਲਾਵਾਂਗੇ। ਲਓ ਜੀ, ਬੀਬੀ ਨੇ ਉੱਧਰ ਰਾੜਤੀ ਰੋਟੀ, ਇੱਧਰ ਮੈਂ ਪਾਤੀਆਂ। ਹੁਣ ਅੱਜ ਅੰਮ੍ਰਿਤ ਕਹਿੰਦਾ ਮੈਨੂੰ ਪਹਿਲਾਂ ਦੇ ਦਿਓ, ਉਹਨੂੰ ਮੇਥੇ ਵਾਲੀ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ। ਅਤੇ ਆਹ ਦੇਖੋ, ਆਪਾਂ ਨੇ ਇੱਧਰ ਥਾਲੀ ਲਈ ਸਜਾ, ਮੱਖਣ ਦਹੀਂ ਲੱਸੀ ਪਾ ਲਿਆ, ਅਤੇ ਬਸ ਹੁਣ ਆਹ ਰੋਟੀਆਂ ਨਾਲ ਹੁੰਦੇ ਲਾ ਕੇ ਸਾਰਿਆਂ ਨੂੰ ਛਕਾ ਦਾਂਗੇ, ਫਿਰ ਅਸੀਂ ਦੋਵੇਂ ਪਿੱਛੇ ਸੱਸ ਨੂੰ ਛਕ ਲਾਂਗੀਆਂ। ਲਓ ਜੀ, ਜਦੋਂ ਅਸੀਂ ਵਿਹਲੇ ਹੁੰਦੇ ਹਾਂ, ਇੱਕ ਦਾਲ ਪਾਣੀ ਤਾਂ ਬਣਾ ਲੈਂਦੇ ਹਾਂ, ਫਿਰ ਦੂਜੇ ਦੀ ਤਿਆਰੀ ਕਰਕੇ ਰੱਖ ਲੈਂਦੇ ਹਾਂ। ਅਤੇ ਸਬਜ਼ੀ ਸੁਬਜ਼ੀ ਤਾਂ ਆਪਾਂ ਬਣਾ ਲਈ ਸੀਗੀ, ਹੁਣ ਟਾਈਮ ਸੀਗਾ, ਚੱਲ ਅਸੀਂ ਕਿਹਾ ਮਟਰ ਮੁਟਰ ਕੱਢ ਕੇ ਹੋਰ ਚੱਲ, ਹੈ ਨਾ, ਵੀ ਜਦੀ ਫਿਰ ਬਣ ਜਾਂਦਾ ਜੇ ਤਿਆਰੀ ਹੁੰਦੀ ਆ। ਹਾਂ, ਅਤੇ ਬੀਬੀ ਰਾਣੀ ਭੈਣ ਕੋਲ ਜਾਏ ਸੀਗੇ, ਅਤੇ ਰਾਣੀ ਭੈਣ ਨੇ ਹੋਰ ਹੀ ਦੱਸਿਆ ਸਾਨੂੰ, ਫੋਨ 'ਚ ਤਾਂ ਦੇਖ ਲਾ ਦੱਸਿਆ ਨਹੀਂ ਹੈਗਾ, ਅਤੇ ਜਾਂ ਅਸੀਂ ਵੀਡੀਓ ਦੇ ਵਿੱਚ ਦੇਖਿਆ ਸੀਗਾ, ਜਾਂ ਫਿਰ ਬੀਬੀ ਜਦੋਂ ਕੱਲ੍ਹ ਗਏ ਸੀਗੇ ਉਦੋਂ ਦੱਸ ਰਹੇ ਸੀਗੇ। ਅਤੇ ਹਾਂ ਬੀਬੀ, ਕੀ ਦੱਸਦੇ ਸੀਗੇ, ਵੀ ਕੀ ਦੁੱਖਦਾ ਮੇਰਾ, ਬੀਬੀ ਸਾਨੂੰ ਆ ਕੇ ਦੱਸਣ ਲੱਗ ਗਏ। ਟੈਨਸ਼ਨ ਵੀ ਖਾਸੀ ਲੈ ਗਈ ਆਂਟੀ ਦੀ। ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਹੁਣ ਕਿੱਥੇ ਤਾਂ, ਹੈ ਨਾ, ਵੀ ਚਾਹੇ ਜੇ ਵੀ ਹੁਣ ਆਪਾਂ ਘਰ 'ਚ ਹੈਗੇ ਹਾਂ ਤਾਂ ਦੋ ਭਾਂਡੇ ਖੜਕਦੇ ਵੀ ਨੇ, ਹੈ ਨਾ, ਜਦੋਂ ਇੱਕ ਇਨਸਾਨ ਚੱਲਿਆ ਜਾਂਦਾ ਅਚਾਨਕ, ਉਹ ਵੀ ਜੇ ਤਾਂ ਲੰਬੇ ਸਮੇਂ ਤੋਂ ਬਿਮਾਰ ਹੋਵੇ ਤਾਂ ਵੀ ਆ, ਹੈ ਨਾ, ਜਿਹੜੇ ਮਹੀਨੇ ਡੇਢ ਮਹੀਨੇ। ਹਾਂ, ਉਹ ਤਾਂ ਹੈਗਾ ਹੀ ਆ। ਲਓ ਜੀ, ਜਾਂ ਸਾਨੂੰ ਦੱਸਿਆ ਕਿ ਬੀਬੀ ਨੇ, ਉਹ ਤਾਂ ਮੈਂ ਵੀਡੀਓ ਦੇ ਵਿੱਚ ਦੇਖ ਲਿਆ ਸੀਗਾ ਜਦੋਂ ਉੱਥੇ ਮੰਡਿਆਣੇ ਗਏ ਸੀਗੇ, ਉਹਨਾਂ ਨੂੰ ਦੱਸ ਰਹੇ ਸੀਗੇ, ਪਰ ਸਾਨੂੰ ਉਹਨਾਂ ਨੇ ਜਮੀ ਨਹੀਂ ਦੱਸਿਆ ਹੈਗਾ। ਪਹਿਲਾਂ ਫੋਨ ਦੇ ਵਿੱਚ ਆਪਾਂ ਜਾ ਕੇ ਵੀ ਆਏ ਹਾਂ, ਉਦੋਂ ਨਹੀਂ ਕੋਈ ਗੱਲ ਕਰੀ ਹੈਗੀ, ਅਤੇ ਹੁਣ ਜਿਵੇਂ ਬੀਬੀ ਗਏ ਨੇ ਕੱਲ੍ਹ, ਬੀਬੀ ਨੂੰ ਦੱਸ ਰਹੇ ਸੀਗੇ, ਅਤੇ ਬਹੁਤ ਜ਼ਿਆਦਾ ਉਹ ਹੋ ਜਾਂਦਾ, ਹੈ ਨਾ, ਨਾਲੇ ਉਹਨਾਂ ਨੂੰ ਕਿਹਾ ਵੀ, ਹੈ ਨਾ, ਵੀ ਰਹਿ ਜਾਂਦੇ ਨੇ ਬੀਬੀ ਜਾਂ ਮਾਸੀ, ਕਹਿ ਜਾਂਦੇ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਹਾਂ ਵੀ ਹੈਗੇ ਨੇ ਸਾਡੇ ਤਾਏ ਚਾਚੇ, ਕਿਹਾ ਤਾਂ ਸੀਗਾ, ਫਿਰ ਕਹਿੰਦੇ ਨੇ ਚਾਚੀ ਜੀ ਆ ਜਾਂਦੇ ਨੇ, ਹਾਲੇ ਤਾਂ ਤੁਸੀਂ ਚੰਗਾ ਕਰੋ ਉਹ ਆ ਜਾਂਦੀ ਆ ਜਿਹੜੀ ਕੰਮ ਵਾਲੀ ਆ, ਉਹ ਵੀ ਆ ਜਾਂਦੀ ਆ, ਉਹਦੇ ਨਾਲ ਮਾੜੀ ਮੋਟੀ ਬੋਲਬਾਣੀ ਹੋ ਜਾਂਦੀ ਆ, ਕਿੱਥੇ ਇਕੱਲੇ ਨਹੀਂ ਬੈਠੇ ਨੇ, ਸੁੰਨਾ ਵਾਂਗੂ ਝਾਕੀ ਜਾਣਾ। ਚਲੋ ਜੀ, ਹੁਣ ਆਪਾਂ ਕੱਟ ਕੇ ਰੱਖ ਲਾਂਗੇ, ਹੈ ਨਾ, ਦੱਸਿਆ ਤਾਂ ਥੋੜ੍ਹਾ ਜਿਹਾ ਹੋ ਵੀ ਹੋ ਗਿਆ, ਮਨ ਵੀ ਅਪਸੈਟ ਜਿਹਾ ਹੋ ਜਾਂਦਾ ਬੰਦੇ ਦਾ,
ਥੋੜੇ ਨਾਲੇ ਕੱਚੇ ਕੱਚੇ ਨੇ ਵੀ ਇਹ ਹਨਾ ਟਮਾਟਰ ਨਾਲੇ ਉਹ ਨੇ ਥੋੜੇ ਪੋਲੇ ਹਨਾ ਨਾਲੇ ਉੱਤੋਂ ਹਰੇ ਹੋਏ ਜੇ ਪਏ ਨੇ ਹਾਂ ਹਰੇ ਹਾਂ ਚਲ ਕੋਈ ਨਹੀਂ ਲਓ ਜੀ ਆਪਾਂ ਨੇ ਉਹ ਤਾਂ ਖਾ ਲਈ ਹਾਜ਼ਰੀ ਤਾਂ ਖਾ ਲਈ ਮੇਥੇ ਵਾਲੀਆਂ ਰੋਟੀਆਂ ਅਤੇ ਇੱਧਰ ਆਪਾਂ ਨੇ ਬਣਾ ਲਏ ਆ ਬੈਂਗਣ ਬਣਾਏ ਨੇ ਪਿੰਡੋਂ ਆਏ ਸੀਗੇ ਅਤੇ ਬੀਬੀ ਹਨੀ ਗਏ ਸੀਗੇ ਇਹ ਲੈ ਕੇ ਆਉਂਦੇ ਸੀਗੇ ਫਿਰ ਪਿੰਡ ਵੀ ਜਾਏ ਸੀਗੇ ਨਾਲੇ ਦੁੱਧ ਵੀ ਤਾਂ ਲੈ ਕੇ ਆਉਣਾ ਸੀ ਇੱਧਰ ਮਟਰ ਪਨੀਰ ਮਟਰਾਂ ਨੂੰ ਨਾ ਮੈਂ ਘੱਟ ਪਾਣੀ ਪਾ ਕੇ ਐਂ ਸਿਮ 'ਤੇ ਕਰਕੇ ਰਝਾ ਲੂੰਗੀ ਫਿਰ ਜਦ ਐਨ ਰਿੱਝ ਜਾਣਗੇ ਫਿਰ ਇੱਕ ਗਲਾਸ ਪਾਣੀ ਦਾ ਪਾ ਕੇ ਅਤੇ ਫਿਰ ਉਹਦੇ ਵਿੱਚ ਬਾਅਦ 'ਚ ਪਨੀਰ ਪਾਉਂਗੀ ਅਤੇ ਫਿਰ ਆਪਣੇ ਨਾਲ ਹੀ ਮਟਰ ਪਨੀਰ ਬਣ ਜਾਣਗੇ ਲਓ ਜੀ ਅੱਜ ਦੋ ਸਬਜ਼ੀਆਂ ਕਿਉਂ ਬਣਾਈਆਂ ਨੇਗੀਆਂ ਕਿਉਂਕਿ ਗੁਰਕੀਰਤ ਨਹੀਂ ਖਾਂਦਾ ਹੈਗਾ ਬੈਂਗਣ ਰਾਜਾ ਉਹ ਤਾਂ ਨਾਲੇ ਫਿਰ ਆਪਦਾ ਫਿਰ ਜਿੰਮ ਜਾਣ ਲੱਗ ਗਿਆ ਫਿਰ ਉਹਦਾ ਸਾਰਾ ਜਿੰਮ ਵਾਲਾ ਹੀ ਪ੍ਰੋਗਰਾਮ ਹੋ ਗਿਆ ਕਦੇ ਕੁਛ ਭਾਲਦਾ ਕਦੇ ਕੁਛ ਭਾਲਦਾ ਹਾਂ ਅਤੇ ਲਓ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਆ ਹੈ ਨਾ ਤੁਸੀਂ ਜੇ ਸਾਨੂੰ ਪਿਆਰ ਕਰਦੇ ਹੋ ਤਾਂ ਹੀ ਐਡੀ ਵੱਡੀ ਗੱਲ ਕਹਿ ਕੇ ਸਾਡੀ ਸਪੋਰਟ ਕਰ ਸਕਦੇ ਹੋ ਇੱਕ ਬੀਬੀ ਹੈ ਨਾ ਰਾਣੀ ਭੈਣ ਦੱਸਦੇ ਸੀ ਜਦ ਮੈਂ ਰਾਣੀ ਭੈਣ ਨੂੰ ਫੋਨ ਕੀਤਾ ਮੈਂ ਰਾਣੀ ਭੈਣ ਵੀ ਤੁਸੀਂ ਇੰਨੇ ਬਿਮਾਰ ਸੀ ਸਾਨੂੰ ਵੀ ਨਹੀਂ ਦੱਸਿਆ ਹੈਗਾ ਵੀ ਤੁਸੀਂ ਆਪਣਾ ਇਲਾਜ ਸ਼ੁਰੂ ਕਰਾਓ ਹੈ ਨਾ ਵੀ ਮਾੜਾ ਮੋਟਾ ਇੱਕ ਐਕਸਰਸਾਈਜ਼ ਕਰਿਆ ਕਰੋ ਹੈ ਨਾ ਵੀ ਸੈਰ ਕਰਿਆ ਕਰੋ ਥੋੜ੍ਹਾ ਬਹੁਤਾ ਯੋਗਾ ਕਰਿਆ ਕਰੋ ਪਾਠ ਤਾਂ ਰਾਣੀ ਭੈਣ ਬਹੁਤ ਜ਼ਿਆਦਾ ਕਰਦੇ ਨੇ ਹੈ ਨਾ ਪਾਠ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਹੈ ਨਾ ਅਤੇ ਪਾਠ ਤਾਂ ਬਹੁਤ ਕਰਦੇ ਨੇ ਅਤੇ ਪੀ ਜੀ ਆਈ 'ਚ ਲੱਗੀ ਹੋਈ ਹੋਣੀ ਇੱਕ ਭੈਣ ਹੈ ਨਾ ਉਹਨੇ ਮੈਸੇਜ ਕੀਤਾ ਕਹਿੰਦੀ ਕਹਿੰਦੀ ਤੁਸੀਂ ਪੀ ਜੀ ਆਈ 'ਚੋਂ ਇਲਾਜ ਸ਼ੁਰੂ ਕਰਾ ਲਓ ਵੀ ਮੈਂ ਤੁਹਾਡੀ ਹੈਲਪ ਕਰੂੰਗੀ ਦੇਖ ਲਓ ਇਹ ਵੀ ਬਹੁਤ ਵੱਡੀ ਗੱਲ ਆ ਬੀਬੀ ਹੈ ਨਾ ਜੋ ਆਪਾਂ ਨੂੰ ਪਿਆਰ ਕਰਦੇ ਨੇ ਤਾਂ ਕਹਿੰਦੇ ਨੇਗੇ ਇਹ ਗੱਲ ਹਾਂ ਹਾਂ ਅਤੇ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੇ ਹੈ ਨਾ ਵੀ ਤੁਸੀਂ ਐਂ ਕਰੋ ਭੈਣੇ ਮੈਂ ਆਪਣੀ ਵੀਡੀਓ ਦੇ ਵਿੱਚ ਵੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਹੈ ਨਾ ਵੀ ਜਿਨ੍ਹਾਂ ਦੀ ਨੈਗੇਟਿਵ ਸੋਚ ਆ ਉਹਨਾਂ ਨੂੰ ਆਪਾਂ ਪੋਜ਼ਿਟਿਵ ਨਹੀਂ ਕਰ ਸਕਦੇ ਠੀਕ ਆ ਅਤੇ ਪਰ ਜਿਹੜਾ ਤੁਸੀਂ ਸਾਡੇ ਨਾਲ ਇੰਨਾ ਪਿਆਰ ਇੰਨੀ ਰਿਸਪੈਕਟ ਦਿੰਦੇ ਹੋ ਤੁਹਾਡਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਭੈਣੇ ਅਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਜੋ ਸਾਡਾ ਨੈਚੁਰਲ ਜ਼ਿੰਦਗੀ ਦੇ ਵਿੱਚ ਹੁੰਦਾ ਤੁਹਾਨੂੰ ਉਹੀ ਦਿਖਾਉਂਦੇ ਹਾਂ ਅਸੀਂ ਹੈ ਨਾ ਅਤੇ ਕੋਈ ਵੀ ਉਹ ਨਹੀਂ ਹੈਗਾ ਹੁਣ ਜਿਵੇਂ ਆਹ ਸਬਜ਼ੀ ਬਣ ਰਹੀ ਹੈ ਇਹ ਨੈਚੁਰਲੀ ਹੋ ਗਿਆ ਨਾ ਅਤੇ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿੱਥੇ ਸਾਡੀ ਗਲਤੀ ਆ ਉੱਥੇ ਤੁਸੀਂ ਦੱਸਿਆ ਕਰੋ ਵੀ ਤੁਸੀਂ ਇੱਥੋਂ ਐਵੇਂ ਕਰ ਲਓ ਐਵੇਂ ਕਰ ਲਓ ਹੈ ਨਾ ਅਤੇ ਆਪਾਂ ਹੁਣ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।